लखा सदाणा दे हक दे विच उत्तरी कैनेडा दी मशहूर पत्रकार कहा जेकर तुसी पंजाब च पंजाबी नहीं बोलोगे तो फिर की गुजरात च जाके बोलोगे। जी हाँ, तुहानू दस दिए कि बीते दिन लखा सदाणा नू पुलिस दे वल्लों हिरासत दे विच लै लिया गया सीगा, क्योंकि लखा सदाणा द्वारा अपने साथियों समेत एक निजी स्कूल के खिलाफ जिहड़ा प्रदर्शन किया जा रहा सीगा, क्योंकि स्कूल दे उत्ते इल्जाम सीगे कि स्कूल दे विच जो पंजाबी भाषा बोलण नू लैके बच्चों नू रोकया जांदा, उस तो अलावा कड़ा पाण तो भी रोकया जांदा है। तो जिसनों लैके जो लखा सदाणा द्वारा अपने साथियों समेत उस स्कूल के खिलाफ प्रदर्शन किया जा रहा सीगा, दस्या जा रहा कि लखा सदाणा दे नाल उन्हां बच्चों के मापे भी मौजूद सीगे जिन्हां बच्चे उस स्कूल दे विच पढ़ते हैं। तो रामपुरा फूल तो जो लखा सदाणा नू पुलिस द्वारा हिरासत दे विच लिया गया सीगा, तो दस दिए कि लखा सदाणा दे हक दे विच कनेडा दी एक मशहूर पत्रकार भी आण उतरी है, उस द्वारा एक वीडियो सांझी करके अपने सोशल मीडिया अकाउंट ते लखा सदाणा बारे जिहड़ी गल कही गई है, उसका कहना है कि जेकर तुसी पंजाब दे विच पंजाबी नहीं बोलोगे तो कि गुजरात दे विच जाके पंजाबी बोलोगे, तो होर की गल्लां उस पत्रकार द्वारा कही गई ने आओ तुहानू सुणाउंदे हां। ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਤਰਨਜੀਤ ਕੌਰ ਘੁੰਮਣ ਹੈ। ਮੈਂ ਬਿਲੋਂਗ ਲੁਧਿਆਣਾ ਪੰਜਾਬ ਨੂੰ ਕਰਦੀ ਹਾਂ ਅਤੇ ਰਹਿੰਦੀ ਮੈਂ ਕੈਨੇਡਾ ਦੇ ਵਿੱਚ ਹਾਂ। ਮੈਂ ਲੱਖਾ ਸਿਧਾਣਾ ਜੀ ਦੀ ਇੱਕ ਵੀਡੀਓ ਹੁਣੀ ਦੇਖੀ ਸੀ ਤਾਂ ਮਨ ਕੀਤਾ ਕਿ ਮੈਂ ਇਹਦੇ ਉੱਤੇ ਇੱਕ ਵੀਡੀਓ ਜ਼ਰੂਰ ਪਾਵਾਂ ਜਿਹਦੇ ਵਿੱਚ ਉਹ ਸਕੂਲ ਦੇ ਵਿੱਚ ਗਏ ਨੇ ਅਤੇ ਪੰਜਾਬੀ ਲੈਂਗੁਏਜ ਦੇ ਬਾਰੇ ਵਿੱਚ ਗੱਲਬਾਤ ਹੋ ਰਹੀ ਹੈ। ਸਭ ਤੋਂ ਪਹਿਲਾਂ ਤਾਂ ਉਹਨਾਂ ਲੋਕਾਂ ਨੂੰ ਮੈਂ ਕਹਿਣਾ ਚਾਹੁੰਦੀ ਹਾਂ ਜਿਹੜੇ ਸੋਚਦੇ ਨੇ ਵੀ ਪੰਜਾਬੀ ਲੈਂਗੁਏਜ ਬੋਲਣ ਨਾਲ ਕੀ ਮਿਲ ਜੂਗਾ, ਤਾਂ ਮੈਂ ਕੈਨੇਡਾ ਵਿੱਚ ਰਹਿੰਦੀ ਹਾਂ, ਪੰਜਾਬੀ ਦੀ ਮੈਂ ਪੱਤਰਕਾਰ ਹਾਂ, ਪੰਜਾਬੀ ਭਾਸ਼ਾ ਕਰਕੇ ਮੈਨੂੰ ਇੱਥੇ ਰੁਜ਼ਗਾਰ ਮਿਲਿਆ ਵਾ। ਅਤੇ ਜਿਹੜੇ ਸੋਚਦੇ ਨੇ ਵੀ ਕੈਨੇਡਾ ਦੇ ਵਿੱਚ ਪੰਜਾਬੀ 'ਚ ਰੁਜ਼ਗਾਰ, ਤਾਂ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਵਿੱਚ ਪੰਜਾਬੀ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਬਣ ਚੁੱਕੀ ਹੈ, ਬਸ ਸਰਕਾਰੀ ਤੌਰ 'ਤੇ ਐਲਾਨ ਹੋਣਾ ਬਾਕੀ ਹੈ। ਉੱਥੇ ਦੂਜੇ ਪਾਸੇ ਪੰਜਾਬ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਤਾਂ ਮਾਪੇ ਰਿਸਪੋਂਸੀਬਲ ਨੇ ਜਿਹੜੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਬੋਲਣ ਤੋਂ ਆਪ ਹੀ ਰੋਕਦੇ ਨੇ, ਉਹਨਾਂ ਨੂੰ ਦੂਜੀਆਂ ਭਾਸ਼ਾਵਾਂ ਵਿੱਚ ਗੱਲ ਕਰਨ ਲਈ ਜ਼ਿਆਦਾ ਉਕਸਾਉਂਦੇ ਨੇ। ਠੀਕ ਆ, ਤੁਸੀਂ ਦੂਜੀਆਂ ਭਾਸ਼ਾਵਾਂ ਸਿੱਖੋ ਵੀ, ਤੁਸੀਂ ਹੋਰ ਲੈਂਗੁਏਜਿਸ ਸਿੱਖੋ, ਆਪਣੇ ਬੱਚਿਆਂ ਨੂੰ ਸਿਖਾਓ, ਪਰ ਘੱਟੋ ਘੱਟ ਜਦ ਤੁਹਾਡੇ ਸਾਹਮਣੇ ਵਾਲਾ ਪੰਜਾਬੀ ਬੋਲਦਾ ਆ, ਤੁਸੀਂ ਖੁਦ ਪੰਜਾਬੀ ਫੈਮਿਲੀ ਨੂੰ ਬਿਲੋਂਗ ਕਰਦੇ ਹੋ, ਉਹ ਪੰਜਾਬੀ ਸਮਝ ਸਕਦੇ ਹੋ, ਤਾਂ ਪੰਜਾਬੀ ਕਿਉਂ ਨਹੀਂ ਬੋਲਦੇ ਬਈ? ਪੰਜਾਬ 'ਚ ਨਹੀਂ ਤੁਸੀਂ ਪੰਜਾਬੀ ਬੋਲੋਗੇ, ਤੁਸੀਂ ਕਿ ਗੁਜਰਾਤ 'ਚ ਜਾ ਕੇ ਪੰਜਾਬੀ ਬੋਲੋਗੇ? ਆਪਣੇ ਘਰ ਦੇ ਵਿੱਚ ਆਪਣੀ ਬੋਲੀ ਦੀ ਤਾਂ ਰਿਸਪੈਕਟ ਕਰ ਲਓ ਘੱਟੋ ਘੱਟ। ਗੁਜਰਾਤ 'ਚ ਜਾਓਗੇ, ਗੁਜਰਾਤੀ ਮਾਣ ਨਾਲ ਆਪਣੀ ਮਾਂ ਬੋਲੀ ਬੋਲਦੇ ਆ। ਸਾਊਥ ਵਿੱਚ ਚਲ ਜਾਓ, ਸਾਊਥ ਦੇ ਲੋਕੀ ਪਿਆਰ ਨਾਲ ਆਪਣੀ ਲੈਂਗੁਏਜ 'ਚ ਬੋਲਦੇ ਆ। ਤੁਸੀਂ ਬੰਗਾਲ 'ਚ ਚਲ ਜਾਓ, ਬੰਗਾਲੀ ਕਿੰਨੇ ਪਿਆਰ ਨਾਲ ਆਪਣੀ ਲੈਂਗੁਏਜ 'ਚ ਬੋਲਦੇ ਆ। ਸਾਨੂੰ ਪੰਜਾਬੀਆਂ ਨੂੰ ਪਤਾ ਨਹੀਂ ਕਿ ਉਹ ਪੰਜਾਬੀ ਬੋਲਣ 'ਚ ਹੇਠੀ ਮਹਿਸੂਸ ਹੁੰਦੀ ਹੈ। ਪੰਜਾਬੀ 'ਚ ਵੀ ਬਥੇਰੇ ਆਪਸ਼ਨਸ ਹੈਗੇ ਆ, ਜੇਕਰ ਤੁਹਾਨੂੰ ਲੱਗਦਾ ਵੀ ਆਪਸ਼ਨਸ ਨਾ ਹੋਣ। ਮੈਂ ਕੈਨੇਡਾ ਵਿੱਚ ਪੰਜਾਬੀ ਦੇ ਸਿਰ ਦੇ ਉੱਤੇ ਜੋਬ ਹਾਸਲ ਕੀਤੀ ਆ, ਪੰਜਾਬੀ ਦੀ ਪੱਤਰਕਾਰ ਹਾਂ ਕੈਨੇਡਾ ਦੇ ਵਿੱਚ। ਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਪੰਜਾਬੀ ਲੈਂਗੁਏਜ ਦੇ ਵਿੱਚ ਕੋਈ ਆਪਸ਼ਨ ਨਹੀਂ ਹੈ, ਤਾਂ ਤੁਹਾਨੂੰ ਦੱਸਦਾ ਵੀ ਇੱਥੇ ਪੇਰੈਂਟਸ ਆਪਣੇ ਬੱਚਿਆਂ ਨੂੰ ਮਲਟੀ ਲੈਂਗੁਏਜਸ ਦੇ ਵਿੱਚ ਸਿਖਾਉਂਦੇ ਆ, ਵੀ ਘੱਟੋ ਘੱਟ ਅਲੱਗ ਅਲੱਗ ਲੈਂਗੁਏਜਸ ਉਹਨਾਂ ਨੂੰ ਆਉਂਦੀਆਂ ਹੋਣ, ਤਾਂ ਕਿ ਉਹਨਾਂ ਦੇ ਆਪਸ਼ਨਸ ਹੋਰ ਜ਼ਿਆਦਾ ਖੁੱਲਣ। ਪੰਜਾਬੀ ਪੜ੍ਹਾਈ ਜਾ ਰਹੀ ਆ, ਸਕੂਲਾਂ ਦੇ ਵਿੱਚ ਸਿਖਾਈ ਜਾ ਰਹੀ ਆ, ਬੱਚਿਆਂ ਨੂੰ ਸਿਖਾ ਰਹੇ ਵੀ ਬੋਲਣਾ ਸਿੱਖੋ। ਦੂਜੇ ਪਾਸੇ ਪੰਜਾਬ ਦਾ ਕੀ ਹਾਲ ਹੋ ਰਿਹਾ ਯਾਰ, ਮਾਣ ਮਹਿਸੂਸ ਕਰੋ ਆਪਣੀ ਬੋਲੀ 'ਤੇ।